ਸਿਮਰਜੀਤ ਸਿੰਘ ਮਾਨ ਹੋਣੀ ਸਾਡੇ ਨਾਲ ਨੇ। ਮਾਨ ਸਾਹਿਬ, ਪਹਿਲਾਂ ਰੈਲੀਆਂ ਕੀਤੀਆਂ ਪਿੰਡਾਂ ਚ ਗਏ, ਹੁਣ ਰੋਡ ਸ਼ੋਅ ਸ਼ੁਰੂ ਹੋ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਇਲੈਕਸ਼ਨਾਂ ਚ ਇਸੇ ਤਰ੍ਹਾਂ ਹੀ ਹੁੰਦਾ, ਪਹਿਲਾਂ ਘਰਾਂ ਚ ਜਾਈਦਾ, ਪਿੰਡਾਂ ਚ ਜਾਈਦਾ, ਫਿਰ ਰੋਡ ਸ਼ੋਅ, ਅੰਤ ਦੇ ਵਿੱਚ ਰੋਡ ਸ਼ੋਅ ਹੋਇਆ ਕਰਦਾ। ਮਾਨ ਸਾਹਿਬ ਇੱਕ ਜੀ ਦੱਸਿਓ, ਗਰਮੀ ਬਹੁਤ ਹੈ, ਜਿਹੜਾ ਵੀ ਕੋਈ ਇੰਨੀ ਗਰਮੀ ਚ ਬਾਹਰ ਨਿਕਲਦਾ ਤਾਂ ਉਹ ਗਰਮੀ ਦੇ ਵਿੱਚ ਕਿਤੇ ਨਾ ਕਿਤੇ ਹੱਥ ਖੜੇ ਕਰ ਜਾਂਦਾ। ਤੁਹਾਡੀ ਸੁੱਕਣਾ ਉਮਰ ਵੀ ਠੀਕ ਹੈ ਤੇ ਇੰਨੀ ਗਰਮੀ ਦੇ ਵਿੱਚ ਰੋਡ ਸ਼ੋਅ ਕਰਨੇ ਸੌਖੇ ਲੱਗ ਰਹੇ ਆ? ਮੇਰੇ ਡੈਡੀ ਸਾਹਿਬ ਨੇ ਕਿਹਾ ਸੀਗਾ ਕਿ ਪੰਜਾਬ ਦੇ ਵਿੱਚ ਜਿਹੜਾ ਜੂਨ ਤੇ ਮਈ ਦਾ ਮਹੀਨਾ ਹੈ ਜੀ, ਜਿਹੜੀ ਲੂ ਵਗਦੀ ਹੈ ਜੀ, ਉਹ ਸਾਨੂੰ ਤਕੜਿਆ ਕਰ ਦਿੰਦੀ ਹੈ ਸਾਰੇ ਸਾਲ ਦੇ ਲਈ, ਤੇ ਆਪਾਂ ਲੂ ਦੇ ਵਿੱਚ ਚੱਲ ਰਹੇ ਹਾਂ ਤੇ ਇਹ ਸਾਡੇ ਲਈ ਦਵਾਈ ਹੈ। ਸੋ ਇਸ ਕਰਕੇ ਮੈਂ ਸੰਤੁਸ਼ਟ ਹਾਂ ਕਿ ਮੈਂ ਇਹ ਚੰਗਾ ਕੰਮ ਕਰ ਰਿਹਾ। ਬੇਸ਼ੱਕ ਗਰਮੀ, ਕੱਲ 50 ਡਿਗਰੀ ਸੈਂਟੀਗ੍ਰੇਡ ਹੋ ਗਈ ਸੀਗੀ, ਪਰ ਅੱਜ ਥੋੜਾ ਜਿਹਾ ਕੰਮ ਹੈ ਇਹ। ਅੱਛਾ, ਇੰਨੀ ਗਰਮੀ ਦੇ ਵਿੱਚ ਰੋਡ ਸ਼ੋਅ ਚੱਲ ਰਿਹਾ, ਪ੍ਰਚਾਰ ਚੱਲ ਰਿਹਾ, ਤਾਂ ਲੋਕਾਂ ਦਾ ਰਿਸਪੌਂਸ ਕੀ ਲੱਗ ਰਿਹਾ ਜੀ? ਲੋਕਾਂ ਦੀਆਂ ਗੱਲਾਂ ਬਾਤਾਂ ਲੋਕ ਤੁਹਾਨੂੰ ਮਿਲਦੇ ਵੀ ਨੇ? ਤੁਸੀਂ ਦੇਖੋ ਤਾਂ ਸਹੀ ਕਿਵੇਂ ਭੱਜੇ ਆਉਂਦੇ ਆ ਘਰਾਂ ਨੂੰ ਛੱਡ ਕੇ ਤੇ ਜਿੱਥੇ ਜਿੱਥੇ ਜਾਈਦਾ, ਤੇ ਬਹੁਤ ਸੋਹਣੀ ਤਰ੍ਹਾਂ ਮਿਲਦੇ ਆ, ਬਹੁਤ ਇੱਜ਼ਤ ਕਰਦੇ ਆ, ਤੇ ਆ ਬੀਬੀਆਂ ਬੈਠੀਆਂ ਹੈਗੀਆਂ ਦੇਖੋ। ਅੱਛਾ ਮਨ ਸਾਹਿਬ, ਪਿਛਲੀ ਵਾਰੀ ਜਿਸ ਤਰ੍ਹਾਂ ਨਤੀਜੇ ਰਹੇ, ਜਿਸ ਤਰ੍ਹਾਂ ਦਾ ਮਾਹੌਲ ਸੀ, ਤੁਹਾਨੂੰ ਲੱਗਦਾ ਕਿ ਉਹ ਮਾਹੌਲ ਦੁਬਾਰਾ ਸਿਰ ਚ ਪਾਓਗੇ? ਤੁਹਾਨੂੰ ਲੱਗਦਾ ਕਿ ਐਤਕੀ ਔਰ ਪਿਛਲੇ ਹਾਲਾਤਾਂ ਨੂੰ ਕੰਪੇਅਰ ਕਰ ਪਾ ਰਹੇ ਹੋ? ਐਤਕੀ ਮਾਹੌਲ ਜ਼ਿਆਦਾ ਤਕੜਾ ਪਿਛਲੇ ਪਾਸੇ ਨਾਲੋਂ। ਉਦੋਂ ਸਰਕਾਰ ਉਹਨਾਂ ਦੀ ਬਣੀ ਸੀ ਤੇ ਉਹਨਾਂ ਨੂੰ ਚਾਹ ਸੀ ਵੋਟਰਾਂ ਨੂੰ ਇਹਨਾਂ ਦੇ ਨਾਲ ਗੱਲਬਾਤ ਰੱਖਣੀ, ਪਰ ਉਹ ਅਸੀਂ ਬਹੁਤ ਤਕੜੇ ਹੋ ਕੇ ਤੋੜਤਾ। ਤਾਂ ਮਾਨ ਸਾਹਿਬ ਦੇ ਚਾਹੁਣ ਵਾਲੇ ਇੱਥੇ ਪਿੰਡ ਦੇ ਵਿੱਚ, ਕਿਉਂਕਿ ਰੋਡ ਸ਼ੋਅ ਚੱਲ ਰਿਹਾ, ਤਾਂ ਚਾਹੁਣ ਵਾਲੇ ਇੱਥੇ ਮਾਣ ਸਨਮਾਨ ਕਰ ਰਹੇ ਨੇ, ਸਰੋਪਾ ਦੀ ਬਖਸ਼ਿਸ਼ ਕਰ ਰਹੇ ਨੇ, ਤਾਂ ਹਾਰ ਪਾਏ ਜਾ ਰਹੇ ਨੇ। ਇਹ ਤਸਵੀਰਾਂ ਨੇ ਜੀ, ਪਿੰਡ ਨਮੋਲ, ਸੁਨਾਮ ਬਲਾਕ ਦਾ ਪਿੰਡ ਹੈ ਨਮੋਲ, ਤਾਂ ਨਮੋਲ ਦੇ ਵਿੱਚ ਦੀ ਇਹ ਰੋਡ ਸ਼ੋਅ ਲੰਘ ਰਿਹਾ। ਵੱਖ ਵੱਖ ਹਿੱਸਿਆਂ ਦੇ ਵਿੱਚੋਂ ਜਿਸ ਤਰ੍ਹਾਂ ਪਹਿਲਾਂ ਜ਼ਿਕਰ ਕਰ ਰਿਹਾ ਸੀ ਕਿ ਰੋਡ ਸ਼ੋਅ ਚੱਲ ਰਿਹਾ, ਤਾਂ ਮਿਲਣ ਦੇ ਲਈ ਲੋਕ ਇਕੱਠੇ ਹੋਏ ਨੇ। ਮਾਨ ਸਾਹਿਬ ਵੇਖ ਰਹੇ ਆ, ਬਾਬੇ ਵੀ ਨੇ, ਬਜ਼ੁਰਗ ਵੀ ਨੇ, ਪਰ ਨੌਜਵਾਨ ਵੀ ਵੱਡੀ ਗਿਣਤੀ ਦੇ ਵਿੱਚ ਤੁਹਾਨੂੰ ਮਿਲਣ ਆਉਂਦੇ ਨੇ, ਇਹ ਨੌਜਵਾਨ ਕਿਵੇਂ ਖਿੱਚੇ ਹੁੰਦੇ ਤੁਹਾਡੇ ਵੱਲ? ਇਹ ਸੰਤ ਜਰਨੈਲ ਸਿੰਘ ਦੀ ਕਿਰਪਾ, ਕਿਉਂ ਕਰਕੇ ਸੰਤ ਜਰਨੈਲ ਸਿੰਘ ਦੀ ਸੋਚ ਨੂੰ ਅਸੀਂ ਕਦੇ ਛੱਡਿਆ ਨਹੀਂ ਤੇ ਉਹਦੇ ਤੇ ਪਾਰਟੀ ਚੱਲਦੀ ਹੈ ਪਿਛਲੇ ਤੋਂ। ਅੱਛਾ ਮਾਨ ਸਾਹਿਬ, ਮੋਦੀ ਸਾਹਿਬ ਪੰਜਾਬ ਦੇ ਵਿੱਚ ਰੈਲੀਆਂ ਕਰ ਵੀ ਗਏ, ਫੇਰ ਆਉਣਾ, ਪੂਰਾ ਜ਼ੋਰ ਲੱਗਾ ਹੋਇਆ ਬੀਜੇਪੀ ਦਾ ਵੀ, ਔਰ ਉਧਰੋਂ ਕਾਂਗਰਸ ਪੂਰੀ ਵਾਹ ਲਾ ਰਹੀ ਆ, ਕਿਵੇਂ ਦੇਖਦੇ ਹੋ? ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਣੀ ਕਹਿੰਦੇ ਨੇ ਕਿ ਕੇਂਦਰ ਪੰਜਾਬ ਸਰਕਾਰ ਤੋੜਨ ਦੀ ਧਮਕੀ ਦੇ ਰਹੀ ਆ, ਕਹਿੰਦੇ ਨੇ, ਕਹਿੰਦੇ ਬੀਜੇਪੀ ਦੀ ਹਾਲਤ ਖਰਾਬ ਆ। ਇਹ ਤਾਂ ਮੈਨੂੰ ਪਤਾ ਨਹੀਂ, ਪਰ ਉਹਨਾਂ ਦੇ ਪੈਰ ਨਹੀਂ ਲੱਗ ਰਹੇ, ਆਮ ਪਾਰਟੀ ਦੇ ਵੀ ਨਹੀਂ ਲੱਗ ਰਹੇ, ਨਾ ਕਾਂਗਰਸ ਦੇ ਲੱਗ ਰਹੇ ਆ, ਨਾ ਬੀਜੇਪੀ ਦੇ, ਕਿਉਂ ਕਰਕੇ ਇਹਨਾਂ ਨੇ ਪਿੱਛੇ ਬਹੁਤ ਸਿੱਖਾਂ ਦੇ ਉੱਤੇ ਕੀਤਾ ਤੇ ਮੋਦੀ ਤੇ ਉਹਦੀ ਕੈਬਨਿਟ ਨੇ ਨਵੀਂ ਪਾਲਿਸੀ ਬਣਾਈ ਹੈ ਬੀਜੇਪੀ ਨੇ ਕਿ ਜਿਹੜਾ ਸਿੱਖ ਆਜ਼ਾਦੀ ਦੀ ਗੱਲ ਕਰੂਗਾ ਉਸ ਨੂੰ ਇੰਟੈਲੀਜੈਂਸ ਏਜੰਸੀਆਂ ਜਿੱਥੇ ਵੀ ਹੋਵੇ, ਇੰਡੀਆ 'ਚ ਹੋਵੇ, ਬਾਹਰ ਹੋਵੇ, ਉਸ ਨੂੰ ਜਾਨੋਂ ਮਾਰ ਦੇਣਗੀਆਂ। ਇਸ ਪਾਲਿਸੀ ਦੇ ਤਹਿਤ ਕੈਨੇਡਾ ਦੇ ਵਿੱਚ
ਹਰਦੀਪ ਸਿੰਘ ਨਿੱਜਰ ਨੂੰ ਮਾਰ ਦਿੱਤਾ ਹੈਗਾ, ਰਿਪੂਦਮਨ ਸਿੰਘ ਮਲਿਕ ਨੂੰ ਮਾਰਤਾ, ਸੁਖਦੂਲ ਸਿੰਘ ਨੂੰ ਮਾਰਤਾ, ਬਰਤਾਨੀਆ ਦੇ ਵਿੱਚ ਅਵਤਾਰ ਸਿੰਘ ਖੰਡੇ ਨੂੰ ਮਾਰ ਦਿੱਤਾ ਹੈਗਾ, ਫਿਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਅਤੇ ਇਹ ਲਖਬੀਰ ਸਿੰਘ ਰੋਡੇ ਨੂੰ, ਅਤੇ ਇੱਥੇ ਹਰਿਆਣੇ ਦੇ ਵਿੱਚ ਸਾਡੇ ਦੀਪ ਸਿੰਘ ਸਿੱਧੂ ਨੂੰ ਐਕਸੀਡੈਂਟ ਦਿਖਾ ਕੇ ਮਾਰਤਾ, ਅਤੇ ਮੂਸੇਵਾਲ ਸਾਹਿਬ ਨੂੰ ਸਾਡੇ ਪੰਜਾਬ ਦੇ ਵਿੱਚ ਮਾਰਤਾ। ਅਤੇ ਇਹ ਬਹੁਤ ਸੀਰੀਅਸ ਗੱਲ ਹੈ, ਕਿਉਂ ਕਰਕੇ ਜਿਹੜੀ ਰੋ ਦੀ ਏਜੰਸੀ ਨੇ ਪੰਨੂ ਨੂੰ ਮਾਰਨਾ ਸੀ ਅਮੈਰੀਕਾ 'ਚ, ਅਮੈਰੀਕਾ ਦੀ ਇੰਟੈਲੀਜੈਂਸ ਬਹੁਤ ਤਕੜੀ ਹੈ, ਉਹਨਾਂ ਨੇ ਸਾਰੀਆਂ ਗੱਲਾਂ ਇਹਨਾਂ ਦੀ ਇੰਟੈਲੀਜੈਂਸ ਏਜੰਸੀਆਂ ਦੀਆਂ ਸੁਣ ਕੇ ਅਤੇ ਇਹਨਾਂ ਦੇ ਬੰਦੇ ਫੜਨੇ ਸ਼ੁਰੂ ਕਰਤੇ ਹੈ, ਅਤੇ ਇਹਨਾਂ ਦੇ ਖਿਲਾਫ ਕੇਸ ਵੀ ਦਰਜ ਕਰ ਦਿੱਤਾ ਹੈਗਾ, ਜਿਹਦੇ ਕਰਕੇ ਜਿਹੜਾ ਇੰਡੀਆ ਦਾ IPC ਹੈ, ਕਾਨੂੰਨ ਹੈ ਫੌਜਦਾਰੀ, ਉਹਦੇ ਮਤਹਿਤ ਜੋ ਇਹ ਨਵੀਂ ਪੋਲਿਸੀ ਬਣਾਈ ਹੈ, ਜਿਹੜਾ ਵੀ ਕੋਈ ਦੂਜੇ ਮੁਲਕ ਦੇ ਨਾਲ ਜਿਹਦੇ ਨਾਲ ਇੰਡੀਆ ਦੇ ਦੋਸਤਾਨੀ ਹੈਗੀ ਹੈ ਉਹ ਖਰਾਬ ਕਰੂਗਾ, ਉਹਦੇ ਉੱਤੇ ਫਿਰ ਜੁਰਮ ਦਾ ਕੇਸ ਰਜਿਸਟਰ ਹੋਊਗਾ। ਸੋ ਅਸੀਂ ਪਾਰਲੀਮੈਂਟ ਵਿੱਚ ਹੁਣ ਜਾ ਕੇ ਮੋਦੀ ਦੇ ਉੱਤੇ, ਜੈਸ਼ੰਕਰ ਦੇ ਉੱਤੇ, ਅਮਿਤ ਸ਼ਾਹ ਦੇ ਉੱਤੇ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲ ਦੇ ਉੱਤੇ, ਰੋ ਦੇ ਮੁੱਖ ਸੁਮਿਤ ਗੋਇਲ ਦੇ ਉੱਤੇ, ਸਾਰਿਆਂ ਦੇ ਉੱਤੇ ਮੁਕੱਦਮੇ ਦਰਜ ਕਰਨੇ ਆ। ਅੱਛਾ ਸਾਹਿਬ, ਮੁਕਾਬਲਾ ਹੁਣ ਕਿਵੇਂ ਦੇਖਦੇ ਹੋ? ਉੱਧਰ ਖਡੂਰ ਸਾਹਿਬ ਦੇ ਵਿੱਚ ਅੰਮ੍ਰਿਤਪਾਲ ਹੋਰਾਂ ਦਾ ਜ਼ਿਕਰ ਕਰ ਲਈਏ, ਫਰੀਦਕੋਟ ਦੇ ਵਿੱਚ ਸਰਬਜੀਤ ਸਿੰਘ ਰਾਏ ਗੱਲ ਹੁੰਦੀ ਆ, ਤਾਂ ਇੱਥੇ ਮੁਕਾਬਲਾ ਕਿਵੇਂ ਦੇਖਦੇ ਹੋ? ਕਿਉਂਕਿ ਸੁਖਪਾਲ ਸਿੰਘ ਖਹਿਰਾ ਵੀ ਪੂਰੀ ਵਾਹ ਲਾ ਰਹੇ ਨੇ, ਬੇਸ਼ੱਕ ਪਹਿਲਾਂ ਤੁਹਾਡੇ ਨਾਲ ਮੰਚ ਵੀ ਸਾਂਝੇ ਕਰਦੇ ਰਹੇ। ਇਹ ਤਾਂ 4 ਤਰੀਕ ਨੂੰ ਦੇਖਾਂਗੇ, ਪਰ ਫਰੀਦਕੋਟ ਦੇ ਵਿੱਚ ਸਾਡਾ ਕੈਂਡੀਡੇਟ ਅਕਾਲੀ ਦਲ ਅੰਮ੍ਰਿਤਸਰ ਦਾ ਹੈਗਾ ਬਲਦੇਵ ਸਿੰਘ ਗਗੜਾ, ਅਤੇ ਅਸੀਂ ਉਸ ਨੂੰ ਸਪੋਰਟ ਕਰ ਰਹੇ ਹਾਂ, ਅਤੇ ਜੇ ਸਰਬਜੀਤ ਸਿੰਘ ਪਹਿਲਾਂ ਸਾਡੇ ਕੋਲ ਆ ਜਾਂਦਾ, ਉਹਨੂੰ 2 ਵਾਰੀ ਅਸੀਂ ਬਠਿੰਡੇ ਤੋਂ ਲੜਾਇਆ ਸੀ, ਪਰ ਫਿਰ ਉਹ ਪਾਰਟੀ ਛੱਡ ਕੇ ਹੋਰ ਕਿਧਰੇ ਚਲਿਆ ਗਿਆ। ਅਤੇ ਜਿਹੜੀ ਧਿਰ ਹੈ 1984 ਦੇ ਵਿੱਚ ਜਿਹੜੀ ਕਹਿੰਦੀ ਸੀ ਕਿ ਸੰਤਾਂ ਦੇ ਨਾਲ ਅਸੀਂ ਸ਼ਹੀਦ ਹੋਵਾਂਗੇ, ਉਹਨਾਂ ਨੇ ਸੰਤਾਂ ਤੋਂ ਬਾਅਦ ਕਾਂਗਰਸ ਚਲੇ ਗਏ, BJP ਬਾਦਲ ਦੇ ਵਿੱਚ ਚਲੇ ਗਏ, ਹੁਣ ਉਹਨਾਂ ਨੇ ਇਕੱਠੇ ਹੋ ਕੇ ਸਰਬਜੀਤ ਸਿੰਘ ਨੂੰ ਉੱਥੇ ਖੜ੍ਹਾ ਕੀਤਾ ਹੈਗਾ, ਅਤੇ ਇਹ ਅਕਾਲੀ ਦਲ ਅੰਮ੍ਰਿਤਸਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਧਿਰ, ਜਿਹੜਾ ਉਹਨਾਂ ਨੂੰ ਫਾਇਦਾ ਨਹੀਂ ਮਿਲਣਾ, ਨਾ ਉਹਨਾਂ ਨੂੰ ਕਾਮਯਾਬੀ ਮਿਲਣੀ। ਅੱਛਾ, ਹੁਣ ਤੁਸੀਂ ਮੁਕਾਬਲਾ ਇੱਥੇ ਕਿਹਦੇ ਨਾਲ ਦੇਖਦੇ ਹੋ ਜੀ? ਕਿਉਂਕਿ ਮੀਤ ਹੇਰ ਵੀ ਪੂਰੀ ਵਾਹ ਲਾ ਰਹੇ ਨੇ, ਅਤੇ ਇੱਧਰ ਸੁਖਪਾਲ ਸਿੰਘ ਖਹਿਰਾ ਵੀ, ਕਿਹਦੇ ਨਾਲ ਮੁਕਾਬਲਾ ਦੇਖਦੇ ਹੋ? ਮੈਂ ਸਾਰਿਆਂ ਨੂੰ ਠੋਕ ਕੇ ਰੱਖ ਦੇਣਾ, ਕਿਉਂਕਿ ਆਮ ਆਦਮੀ ਪਾਰਟੀ ਦਾ ਉਹ ਕਹਿੰਦੇ ਗੜ੍ਹ ਵਾਪਸ ਲੈਣਾ ਜੀ ਆਪਦਾ। ਮੈਂ ਕਿਹਾ ਅਸੀਂ ਠੋਕ ਕੇ ਰੱਖ ਦੇਣੇ। ਤਾਂ ਸਿਮਰਜੀਤ ਸਿੰਘ ਮਾਨ ਹੋਰੀ ਕਹਿੰਦੇ ਨੇ ਜੀ ਠੋਕ ਕੇ ਰੱਖ ਦਿਆਂਗੇ, ਬੇਸ਼ੱਕ ਉਮਰ ਕਾਫੀ ਹੈ, ਗਰਮੀ ਬੜੀ ਹੈ, ਪਰ ਰੋਡ ਸ਼ੋ ਤਿੱਖੜ ਦੁਪਹਿਰੇ ਜਿਵੇਂ ਚੱਲਦਾ, ਕਹਿੰਦੇ ਆ ਕਿ ਸਿਖਰ ਦੁਪਹਿਰੇ ਰੋਡ ਸ਼ੋ ਸਿਮਰਜੀਤ ਸਿੰਘ ਮਾਨ ਹੋਰਾਂ ਦਾ ਚੱਲ ਰਿਹਾ, ਪਿੰਡਾਂ ਦੇ ਵਿੱਚ ਲੰਘ ਰਿਹਾ, ਦੇਖਦੇ ਹਾਂ ਜੀ ਕਿਸ ਤਰ੍ਹਾਂ ਦੇ ਹਾਲਾਤ ਰਹਿਣਗੇ ਜੀ। 48 ਡਿਗਰੀ ਸੈਂਟੀਗ੍ਰੇਡ ਹੈ ਹੁਣ ਟੈਂਪਰੇਚਰ। ਵੋਟਾਂ ਵਾਲਾ ਵੀ ਮਤਲਬ ਰਾਜਨੀਤੀ ਵਾਲਾ ਵੀ ਬਾਹਲਾ ਵਧੀ ਜਾ ਰਿਹਾ ਨੀ, ਉਹ ਇਦੋਂ ਵੀ ਟੱਪੀ ਜਾਂਦਾ। ਉਹੀ ਤਾਂ ਤੁਸੀਂ ਦੱਸ ਸਕਦੇ ਹੋ ਜਰਨਲਿਸਟ। ਤਾਂ ਕਹਿੰਦੇ ਨੇ ਜੀ ਟੈਂਪਰੇਚਰ 48 ਡਿਗਰੀ ਹੈ, ਇਹ ਮੌਸਮੀ ਹੈ ਜਿਹੜਾ 48 ਡਿਗਰੀ,
ਪਰ ਸਿਆਸੀ ਪਾਰਾ ਜਿਹੜਾ ਉਹ ਇਦੋਂ ਵੀ ਕਿਤੇ ਉੱਤੇ ਚੱਲ ਰਿਹਾ ਇਸ ਵੇਲੇ ਪੰਜਾਬ ਦਾ। ਤਾਂ ਦੇਖਦੇ ਹਾਂ ਕੀ ਹਾਲਾਤ ਰਹਿਣਗੇ ਜਦੋਂ 1 ਤਰੀਕ ਨੂੰ ਵੋਟਾਂ ਪੈਣਗੀਆਂ, ਤੇ ਫਿਰ 4 ਜੂਨ ਦੇ ਨਤੀਜੇ ਬਹੁਤ ਕੁਝ ਸਾਫ਼ ਕਰ ਦੇਣਗੇ।